ਤੇ ਅਗਲੀ ਖਬਰ ਦੁਬਈ ਤੋਂ ਹੈ ਜਿੱਥੇ ਆਬੂ ਧਾਬੀ ਦੀ ਅਦਾਲਤ ਵੱਲੋਂ 10 ਪੰਜਾਬੀਆਂ ਦੇ ਕੇਸ ਦੀ ਸੁਣਵਾਈ ਮੁਕੰਮਲ ਕਰਦੇ ਹੋਏ ਕੇਸ ਦਾ ਫੈਸਲਾ ਹੁਣ 25 ਮਈ ਨੂੰ ਕੀਤਾ ਜਾਵੇਗਾ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸਪੀ ਸਿੰਘ ਓਬਰਾਏ ਨੇ ਦੁਬਈ ਵਿੱਚ ਦੱਸਿਆ ਕਿ ਕੇਸ ਤੇ ਅਦਾਲਤ ਵੱਲੋਂ ਸੁਣਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਫੈਸਲੇ ਲਈ 25 ਮਈ ਦੀ ਤਰੀਕ ਨਿਯਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ 10 ਪੰਜਾਬੀ ਕਤਲ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਨ ਜਿਨ੍ਹਾਂ ਦੀ ਰਿਹਾਈ ਦੀ ਆਸ ਉਸ ਵੇਲੇ ਬੱਝੀ ਜਦੋਂ ਦੁਬਈ ਦੇ ਕਾਰੋਬਾਰੀ ਐਸਪੀ ਸਿੰਘ ਓਬਰਾਏ ਵੱਲੋਂ ਮਾਰੇ ਗਏ ਪਾਕਿਸਤਾਨੀ ਦੇ ਪਿਤਾ ਮੁਹੰਮਦ ਰਿਆਜ਼ ਨੂੰ 60 ਲੱਖ ਰੁਪਏ ਬਲੱਡ ਮਨੀ ਦੇਣ ਦੇ ਲਈ ਅਲ ਐਨ ਦੀ ਅਦਾਲਤ ਵਿੱਚ ਬੀਤੀ 22 ਮਾਰਚ ਨੂੰ ਬਲੱਡ ਮਨੀ ਜਮ੍ਹਾਂ ਕਰਵਾ ਦਿੱਤੀ ਗਈ। ਮੁਹੰਮਦ ਰਿਆਜ਼ ਵੱਲੋਂ ਵੀ ਇਹਨਾਂ 10 ਪੰਜਾਬੀਆਂ ਨੂੰ ਮੁਆਫ਼ ਕਰਨ ਦੇ ਲਈ ਮੁਆਫ਼ੀਨਾਮਾ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਡਾਕਟਰ ਓਬਰਾਏ ਪਹਿਲਾਂ ਵੀ 17 ਭਾਰਤੀਆਂ ਸਮੇਤ 78 ਜਾਨਾਂ ਬਲੱਡ ਮਨੀ ਦੇ ਕੇ ਬਚਾ ਚੁੱਕੇ ਨੇ।